ਨਮਸਕਾਰ ਦੋਸਤੋ, ਮੈਂ ਚੇਤਨ ਕਸ਼ਯਪ ਅਤੇ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼। ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਅੱਜ ਹੁਸ਼ਿਆਰਪੁਰ ਵਿਖੇ ਇੱਕ ਦਿਨਾ ਸਾਇੰਸ ਮੇਲਾ ਲਗਾਇਆ ਗਿਆ, ਜਿਸ ਵਿੱਚ 20 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਵੱਲੋਂ ਕਈ ਪ੍ਰਕਾਰ ਦੇ ਪ੍ਰੋਜੈਕਟ ਵੀ ਤਿਆਰ ਕੀਤੇ ਗਏ ਸਨ। ਗੱਲਬਾਤ ਕਰਦਿਆਂ ਹੁਸ਼ਿਆਰਪੁਰ ਦੀ ਪ੍ਰਸਿੱਧ ਸਿੱਖਿਆ ਸੰਸਥਾ ਦੇ MD ਡਾਕਟਰ ਅਸ਼ੀਸ਼ ਸਰੀਨ ਵੱਲੋਂ ਲਗਾਏ ਗਏ ਸਾਇੰਸ ਮੇਲੇ ਦੀ ਖੂਬ ਪ੍ਰਸ਼ੰਸਾ ਕੀਤੀ ਗਈ ਅਤੇ ਕਿਹਾ ਕਿ ਅਜਿਹੇ ਮੌਕਿਆਂ ਨਾਲ ਵਿਦਿਆਰਥੀਆਂ ਦੇ ਗਿਆਨ 'ਚ ਵਾਧਾ ਹੁੰਦਾ ਹੈ। गुड आफ्टरनून टू ऑल। आज मैंने ये मॉडल बनाया है रेन वाटर हार्वेस्टिंग का। इसके अंदर मैं मतलब अपने यूथ को बताना चाहता हूँ कि हमें जो वाटर है उसे सेव करना चाहिए, क्योंकि आजकल हम जैसे देख सकते हैं कि वाटर लेवल अर्थ का बहुत ज़्यादा लो जा रहा है। तो इसके अंदर हम सहायता कर सकते हैं उस वाटर लेवल को बचाने में। इससे हम कार वॉश कर सकते हैं और ड्रिंकिंग पर्पजेज में भी यूज़ हो सकता है, क्योंकि ये सारा फिल्टर्ड है। अब ये मैंने बनाया है मॉडर्न पे कि मॉडर्न लाइफ में कैसा है। अगर हम इसे विलेज लाइफ में देखना चाहें तो भी ये यूज़फुल बहुत है कि इससे हम जैसे एनिमल्स को नहला सकते हैं और साथ साथ में फार्मिंग वगैरह भी कर सकते हैं। तो फिर मैं लास्ट में ये कहना चाहूँगा कि जो हमारा आजकल का यूथ है इसे इसके अंदर सहायता करनी चाहिए और अपनी सेहत भी सही रखनी चाहिए। डॉक्टर APJ अब्दुल कलाम ਜਿਹੜਾ ਸਾਇੰਸ ਕੋਨਕਲੇਵ ਹੈ, ਇਹਦੇ ਅੰਦਰ ਜੋ ਬੱਚਿਆਂ ਨੂੰ ਸਿੱਖਣ ਨੂੰ ਮਿਲਿਆ ਹੈ ਉਹ ਬਿਯੋਂਡ ਐਕਸਪਲਾਨੇਸ਼ਨ ਹੈ। ਔਰ ਇਹ ਜੋ ਗਵਰਨਮੈਂਟ ਆਫ ਇੰਡੀਆ ਦਾ ਉਪਰਾਲਾ ਹੈ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਇਹਦੇ ਨਾਲ ਬੱਚਿਆਂ ਨੂੰ ਬਹੁਤ ਫਾਇਦਾ ਹੋਇਆ ਹੈ, ਉਹਨਾਂ ਦੇ ਮਾਇੰਡ ਜਿਹੜੇ ਨੇ, ਉਹਨਾਂ ਦੇ ਜਿਹੜਾ ਬੰਦ ਦਰਵਾਜ਼ੇ ਸੀ ਉਹ ਖੁੱਲ੍ਹ ਗਏ ਨੇ। ਔਰ ਗਵਰਨਮੈਂਟ ਦੀਆਂ ਸਕੀਮਸ ਕਿ ਨਵੀਂ ਇਨੋਵੇਸ਼ਨ ਆਈਡੀਆਜ਼ ਨੂੰ 25 ਲੱਖ ਰੁਪਇਆ ਦਿੱਤਾ ਜਾਏਗਾ, ਔਰ ਇਹ ਜਿਹੜੀ ਬਹੁਤ ਹੀ ਵਧੀਆ ਸਕੀਮ ਹੈ, ਇਹਦੇ ਨਾਲ ਬੱਚਿਆਂ ਦੇ ਵਿੱਚ ਜਿਹੜੇ ਮਾਇੰਡ ਦੇ ਵਿੱਚ ਥੋਟਸ ਆ ਰਹੇ ਆ
ਉਹ ਬਹੁਤ ਵੈਲਿਊਏਬਲ ਹੈ, ਉਹਨਾਂ ਨੂੰ ਪਤਾ ਲੱਗਾ ਹੈ, ਬੱਚਿਆਂ ਨੇ ਦੇਖਿਆ ਕਿੱਦਾਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਅਸੀਂ ਵੱਡੇ ਵੱਡੇ ਜਿਹੜੇ ਹੈ ਚਮਤਕਾਰ ਕਰ ਸਕਦੇ ਹਾਂ। ਔਰ ਡਾਕਟਰ ਜਸਵਿੰਦਰ ਜੀ ਨੇ ਜਿਸ ਤਰ੍ਹਾਂ ਸਾਇੰਸ ਦਾ ਯੂਜ਼ ਕਰਨਾ ਸਿਖਾਇਆ ਹੈ, ਮੇਰੇ ਖਿਆਲ 'ਚ ਆਉਣ ਵਾਲੇ ਟਾਈਮ ਦੇ ਵਿੱਚ ਇਸ ਖੇਤਰ 'ਚੋਂ ਵੱਡੇ ਵੱਡੇ ਸਾਇੰਟਿਸਟ ਜ਼ਰੂਰ ਨਿਕਲਣਗੇ। ਇਹ ਇਸ ਜਿਹੜੀ ਇਸ ਪ੍ਰੋਗਰਾਮ ਦੇ ਤਹਿਤ ਇਹ ਜਿਹੜਾ ਹੈ ਸਿੱਟਾ ਨਿਕਲ ਕੇ ਆਇਆ ਹੈ ਕਿ ਬੱਚੇ ਜਿਹੜੇ ਹਨ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੁਣ ਜੋ ਇੱਥੋਂ ਲੈ ਕੇ ਜਾ ਰਹੇ ਨੇ ਉਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਾਇੰਸ ਦੇ ਵਿੱਚ ਪ੍ਰਯੋਗ ਕਰਨਗੇ। ਧੰਨਵਾਦ। ਹਾਂ, ਮੈਂ ਰਾਕੇਸ਼ ਕੁਮਾਰ, ਸਰਵਿਤਕਾਰੀ ਵਿੱਦਿਆ ਮੰਦਿਰ ਭਰਵਾਈ ਰੋਡ ਹੁਸ਼ਿਆਰਪੁਰ ਸੇ ਹੂੰ। ਆਜ ਚੰਡੀਗੜ੍ਹ ਯੂਨੀਵਰਸਿਟੀ ਮੇਂ ਯਹਾਂ ਸ਼ਗੁਨ ਪੈਲੇਸ ਮੇਂ ਆਯੋਜਿਤ ਸਾਇੰਸ ਫੇਅਰ ਮੇਂ ਹਮਾਰੇ ਸਕੂਲ ਸੇ ਇੱਕ ਪ੍ਰਤਿਭਾਗੀ ਭਿਆ ਪ੍ਰਤਿਭਾਗ ਕਰਨੇ ਆਏ ਹੈ, ਜਿਨ੍ਹੋਂਨੇ ਇੱਕ ਲੈਂਪ ਬਣਾਇਆ ਹੁਆ ਹੈ, ਪ੍ਰੋਜੈਕਟਰ ਲੈਂਪ, ਜਿਸਕੋ ਮੋਬਾਈਲ ਕੇ ਸਾਹਮਣੇ ਰੱਖਣੇ ਸੇ ਪ੍ਰੋਜੈਕਟਰ ਕੀ ਜੋ ਸਕਰੀਨ ਹੈ ਉਹ 10 ਸੇ 20 ਗੁਣਾ ਬੜ ਸਕਤੀ ਹੈ। ਅਗਰ ਦੀਵਾਰ ਪੇ ਉਸ ਲੈਂਪ ਕੋ ਰੱਖੇਂਗੇ ਤੋ 70 ਗੁਣਾ ਉਸਕੀ ਜੋ ਸਾਈਜ਼ ਹੈ ਉਸ ਸਕਰੀਨ ਕਾ ਬੜ ਸਕਤਾ ਹੈ। ਯੇ ਹਮਾਰਾ ਪ੍ਰੋਜੈਕਟ ਵਿੱਦਿਆ ਭਾਰਤੀ, ਅਖਿਲ ਭਾਰਤੀ ਵਿੱਦਿਆ ਭਾਰਤੀ ਸ਼ਿਕਸ਼ਾ ਸੰਸਥਾਨ ਕੀ ਤਰਫ ਸੇ ਸਿਲੈਕਟ ਹੁਆ ਥਾ, ਜਿਸਕੀ ਨੈਸ਼ਨਲ ਸਾਇੰਸ ਫੇਅਰ ਕਟਕ ਉੜੀਸਾ ਮੇਂ ਹੋਈ ਥੀ, ਵਹਾਂ ਪੇ ਵੀ ਯੇ ਬੱਚਾ ਹਮਾਰਾ ਪਾਰਟੀਸਿਪੇਟ ਕਰ ਚੁਕਾ ਹੈ ਔਰ ਵਹਾਂ ਪੇ ਵੀ ਪ੍ਰਤਿਭਾਗ ਕਰਕੇ ਪ੍ਰਥਮ ਸਥਾਨ ਲੇਕਰ ਯੇ ਵਿਦਿਆਰਥੀ ਯਹਾਂ ਪੇ ਆਜ ਆਪਣੀ ਪ੍ਰਤਿਭਾ ਕਾ ਲੋਹਾ ਮਨਾਨੇ ਆਇਆ ਹੁਆ ਹੈ ਚੰਡੀਗੜ੍ਹ ਯੂਨੀਵਰਸਿਟੀ ਕੀ ਜੋ ਸਾਇੰਸ ਮੇਲੇ ਮੇਂ। ਸੀਨੀਅਰ ਸਕੂਲ ਪਿਪਲਾ ਵਾਲਾ ਸੇ ਹੂੰ। ਯਹਾਂ ਪਰ ਜੋ ਚੰਡੀਗੜ੍ਹ ਕੀ ਤਰਫ ਸੇ ਸਾਇੰਸ ਮੇਲੇ ਕਾ ਆਯੋਜਨ ਕੀਆ ਗਿਆ ਹੈ, ਯੇ ਬਹੁਤ ਬੜੀਆ ਹੈ ਔਰ ਅਲੱਗ ਅਲੱਗ ਸਕੂਲਾਂ ਸੇ ਜੋ ਬੱਚੇ ਮਾਡਲ ਲੇਕਰ ਆਏ ਹੈ ਔਰ ਹਮਾਰੇ ਬੱਚੇ ਵੀ ਜੋ ਮਾਡਲ ਲੇਕਰ ਆਏ, ਇਸਸੇ ਬੱਚੋਂ ਕਾ ਉਤਸ਼ਾਹ ਬੜਤਾ ਹੈ ਔਰ ਉਨ੍ਹੇ ਨਏ ਨਏ ਪ੍ਰੋਜੈਕਟ ਬਣਾਨੇ ਕੀ ਪ੍ਰੇਰਣਾ ਮਿਲਤੀ ਹੈ ਔਰ ਹਮਾਰੇ ਜੋ ਪ੍ਰਿੰਸੀਪਲ ਹੈ ਹਰਜਿੰਦਰ ਕੌਰ ਜੀ ਉਹ ਬੱਚੋਂ ਕੋ ਟਾਈਮ ਟਾਈਮ ਪਰ ਬੜੇ ਮੋਟੀਵੇਟ ਕਰਤੇ ਹੈ, ਬੱਚੋਂ ਕੋ ਅਲੱਗ ਅਲੱਗ ਜੋ ਸਾਇੰਸ ਫੇਅਰ ਮੇਂ ਭੇਜਤੇ ਹੈ ਤਾਂ ਕਿ ਬੱਚੇ ਨਏ ਨਏ ਮਾਡਲ ਲੇਕਰ ਜਾਏ ਔਰ ਅੱਗੇ ਜ਼ਿਆਦਾ ਸੇ ਜ਼ਿਆਦਾ ਬੱਚੇ ਸਿੱਖੇ। ਵੀ ਬਿਲੋਂਗ ਟੂ ਸੇਂਟ ਜੋਸਫ ਕਾਨਵੈਂਟ ਸਕੂਲ ਹੁਸ਼ਿਆਰਪੁਰ ਐਂਡ ਦਿਸ ਇਜ਼ ਅ ਵੰਡਰਫੁਲ ਇਵੈਂਟ। ਹਮਾਰੇ ਬੱਚੇ ਬਹੁਤ ਖੁਸ਼ ਹੈ ਔਰ ਦੇ ਹੈਵ ਬ੍ਰੌਟ ਬਿਊਟੀਫੁਲ ਮਾਡਲਸ ਹੀਅਰ ਔਰ ਆਪਣੀ ਪ੍ਰੈਜੈਂਟੇਸ਼ਨ ਦੇ ਰਹੇ ਹੈ, ਦੇ ਆਰ ਵੈਰੀ ਹੈਪੀ ਐਂਡ ਜਸਟ ਲਿਸਨ ਟੂ ਦੈਮ। ਹਮਾਰਾ ਜੋ ਐਕਸਪੀਰੀਅੰਸ ਥਾ ਬਹੁਤ ਅੱਛਾ ਥਾ, ਹਮੇਂ ਕਈ ਨਈ ਚੀਜ਼ੇ ਲਰਨ ਕਰਨੇ ਕੀ ਮਤਲਬ ਮੌਕਾ ਮਿਲਾ ਕਿ ਜੈਸੇ ਕਿ ਹਮ ਸੋਲਡਰਿੰਗ ਨਹੀਂ ਪਹਿਲੇ ਸਿੱਖਦੇ ਥੇ, ਅਬ ਹਮ ਵੋ ਸਿੱਖੇ, ਹਮਨੇ ਵੋ ਸਿੱਖਾ, ਪ੍ਰੋਗਰਾਮਿੰਗ ਸਿੱਖ ਲਈ, ਸਾਰਾ ਕੁਛ ਸਿੱਖ ਲਿਆ ਅਬ ਔਰ ਸਾਥ ਮੇਂ ਜੋ ਸਰ ਨੇ ਹਮੇਂ ਲੈਕਚਰ ਦੀਆ ਐਕਸਪੈਰੀਮੈਂਟੇਸ਼ਨ ਥੀ ਵੋ ਬਹੁਤ ਹਮੇਂ ਅੱਛਾ ਲਗਾ।